ਪੰਜਾਬੀ ਕਲਚਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਦੇਖੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਵਾਈਟ ਚਨੇ ਕਿੱਦਾਂ ਬਣਾਉਣੇ ਆ। ਅਸੀਂ ਵਾਈਟ ਚਨੇ ਇੱਕ ਕੌਲੀ ਭਿਗੋਏ ਸੀ, ਆਹ ਦੇਖੋ ਜੀ ਪਾਣੀ ਦੇ ਵਿੱਚ ਇਹ ਇੱਦਾਂ ਫੁੱਲ ਚੁੱਕੇ ਆ। ਦੇਖੋ ਹੁਣ ਅਸੀਂ ਇਹਨੂੰ ਪਾਣੀ ਕੱਢਤਾ ਅਤੇ ਹੁਣ ਅਸੀਂ ਕੁੱਕਰ ਰੱਖਿਆ, ਕੁੱਕਰ ਦੇ ਵਿੱਚ ਅਸੀਂ ਪਾਣੀ ਪਾ ਲਿਆ, 2 ਗਲਾਸ ਪਾਣੀ ਦੇ ਪਾ ਲਓ ਅਤੇ ਫਿਰ ਇਹਨਾਂ ਨੂੰ ਵਾਈਟ ਚਨਿਆਂ ਨੂੰ ਅਸੀਂ ਵਿੱਚ ਪਾ ਦੇਣਾ ਅਤੇ ਵਿੱਚ ਪਾ ਕੇ ਫਿਰ ਅਸੀਂ ਇਹਨੂੰ ਮਤਲਬ ਕਿ ਬੋਇਲ ਕਰਾਂਗੇ ਤਾਂ ਕਿ ਉਬਲੇ ਹੋਏ ਚਨੇ ਵਧੀਆ ਜਲਦੀ ਬਣਦੇ ਆ। ਫਿਰ ਅਸੀਂ ਇਹਨੂੰ ਕੁੱਕਰ 'ਚ ਵਿਸਲਣ ਲਵਾਵਾਂਗੇ। ਹੁਣ ਚਨਿਆਂ ਨੂੰ ਅਸੀਂ ਵਿੱਚ ਪਾ ਕੇ ਥੋੜ੍ਹਾ 1/2 ਚਮਚ ਨਮਕ ਵੀ ਪਾ ਦੇਣਾ ਕਿਉਂਕਿ ਅਸੀਂ ਬਾਅਦ ਵਿੱਚ ਤੜਕੇ 'ਚ ਵੀ ਥੋੜ੍ਹਾ ਨਮਕ ਪਾ ਸਕਦੇ ਹਾਂ। ਪਹਿਲਾਂ ਬੋਇਲ ਕਰਨ ਲੱਗਿਆ ਸੀ, ਨਮਕ ਪਾ ਦੇਣਾ ਇਹਦੇ ਵਿੱਚ, ਥੋੜ੍ਹਾ ਜਿਹਾ ਨਮਕ ਪਾ ਤਾ ਸੀ। ਹੁਣ ਅਸੀਂ ਇਹਨੂੰ ਵਿਸਲਾ ਲਵਾਵਾਂਗੇ ਜੀ। ਚਨੇ ਸਾਡੇ ਜਿਹੜੇ ਆ ਕੁੱਕਰ ਦੇ ਵਿੱਚ ਉਬਲ ਚੁੱਕੇ ਨੇ ਔਰ ਚਨਿਆਂ ਨੂੰ ਅਸੀਂ ਤੜਕਾ ਲਗਾਉਣਾ ਹੈਗਾ ਅਤੇ ਤੜਕਾ ਸਾਡੇ ਕੋਲ ਪਹਿਲੇ ਤੋਂ ਕੱਟਿਆ ਔਰ ਤਿਆਰ ਕੀਤਾ ਹੋਇਆ ਪਿਆਜ਼ ਹੈ, ਲਸਣ ਅਦਰਕ ਹਰੀ ਮਿਰਚ ਹੈ, ਠੀਕ ਹੈ ਜੀ। ਕੜਾਹੀ ਸਾਡੀ ਜਿਹੜੀ ਹੈ, ਪੈਨ ਸਾਡਾ ਗਰਮ ਹੋ ਚੁੱਕਾ ਅਤੇ ਇਹਦੇ ਵਿੱਚ ਹੁਣ ਅਸੀਂ ਤੇਲ ਪਾਵਾਂਗੇ। ਰਿਫਾਈਨਡ ਆਇਲ ਪਾ ਲਓ, ਮਸਟਰਡ ਆਇਲ ਪਾ ਲਓ, ਜਿਹੜਾ ਮਰਜ਼ੀ ਪਾ ਲਓ, ਜਿਹੜਾ ਕਿ ਤੁਸੀਂ ਲਾਈਕ ਕਰਦੇ ਹੋ, ਇਹ ਕੜਛੀ ਕਾਫੀ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਅਸੀਂ ਇਹਨੂੰ ਗਰਮ ਹੋਣ ਦਿੰਦੇ ਹਾਂ। ਜਦੋਂ ਇਹ ਗਰਮ ਹੋ ਜਾਏਗਾ ਫਿਰ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਲਸਣ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ, ਠੀਕ ਹੈ। ਅਤੇ ਹੁਣ ਆਲਮੋਸਟ ਸਾਡਾ ਜਿਹੜਾ ਇਹ ਗਰਮ ਹੋ ਚੁੱਕਾ ਹੈ। ਥੋੜ੍ਹਾ ਜਿਹਾ ਅਸੀਂ ਜੀਰਾ ਪਾਵਾਂਗੇ ਅਤੇ ਇਹ ਤਿੜਕ ਜਾਏਗਾ ਅਤੇ ਬਰਾਊਨਿਸ਼ ਹੋ ਜਾਏਗਾ। ਇਹਦੇ ਨਾਲ ਜਿਹੜਾ ਚਨੇ ਸਾਡੇ ਹੋਰ ਵੀ ਟੇਸਟੀ ਹੋ ਜਾਂਦੇ ਆ। ਅਤੇ ਹੁਣ ਅਸੀਂ ਇਹਦੇ ਵਿੱਚ ਆਹ ਲਸਣ ਅਦਰਕ ਦਾ ਪੇਸਟ ਪਾ ਦਿੱਤਾ ਅਤੇ ਦੇਖੋ ਕਿਵੇਂ ਕਿਵੇਂ ਕਿਹੜਾ ਤੜਕਾ ਲੱਗ ਰਿਹਾ। ਹਲਕਾ ਜਿਹਾ ਲਸਣ ਅਦਰਕ ਅਤੇ ਹਰੀ ਮਿਰਚ ਫਰਾਈ ਹੋ ਚੁੱਕਾ ਹੈ। ਹੁਣ ਇਹਦੇ 'ਚ ਅਸੀਂ ਥੋੜ੍ਹਾ ਜਿਹਾ ਪਿਆਜ਼ ਦਾ ਪੇਸਟ ਵੀ ਪਾ ਦਿੱਤਾ ਹੈ। ਹੁਣ ਇਹਨੂੰ ਅਸੀਂ ਹਲਕਾ ਜਿਹਾ ਭੁੰਨਾਂਗੇ ਲਾਈਟ ਸਿਮ, ਘੱਟ ਸਿਮ 'ਤੇ। ਚਨੇ ਬੋਇਲ ਸਾਡੇ ਹੋ ਚੁੱਕੇ ਨੇ, ਉਹ ਅਸੀਂ ਖੋਲ੍ਹ ਲਏ। ਆਹ ਦੇਖੋ ਕਿੰਨੇ ਪੈਨ ਦੇ ਵਿੱਚ ਆ ਚਾਹ ਪੱਤੀ ਦਾ 1 ਚਮਚ 1 ਕੱਪ ਪਾਣੀ ਵਿੱਚ ਪਾ ਕੇ ਇਹਨੂੰ ਅਸੀਂ ਬੋਇਲ ਕਰ ਲਿਆ ਅਤੇ ਹੁਣ ਇਹਨੂੰ ਅਸੀਂ ਛਾਣ ਲਿਆ। ਛਾਣਨ ਤੋਂ ਬਾਅਦ ਇਸ ਪਾਣੀ ਨੂੰ ਅਸੀਂ ਚਨਿਆਂ ਵਿੱਚ ਹੀ ਮਿਲਾ ਦਿੱਤਾ ਹੈ, ਠੀਕ ਹੈ ਜੀ। ਤੜਕਾ ਸਾਡਾ ਆਲਮੋਸਟ ਰੈਡੀ ਹੋ ਚੁੱਕਾ ਹੈ। ਇਹਦੇ ਵਿੱਚ ਅਸੀਂ ਕੋਈ ਟਮਾਟਰ ਨਹੀਂ ਪਾਉਣੇ ਹੈਗੇ ਅਤੇ ਹੁਣ ਇਹਦੇ ਵਿੱਚ ਅਸੀਂ ਹਲਕਾ ਇਹਨੂੰ ਥੋੜ੍ਹਾ ਜਿਹਾ ਹੋਰ ਭੁੰਨ ਲੈਂਦੇ ਹਾਂ। ਦੇਖੋ ਜੀ ਸਾਡਾ ਤੜਕਾ ਬਣ ਕੇ ਤਿਆਰ ਹੋ ਗਿਆ ਅਤੇ ਹੁਣ ਅਸੀਂ ਇਹਦੇ ਵਿੱਚ ਥੋੜ੍ਹੀ ਜਿਹੀ ਕਸੂਰੀ ਮੇਥੀ ਪਾ ਦਾਂਗੇ। ਸੁੱਕੀ ਮੇਥੀ ਸਾਡੇ ਕੋਲ ਪਈ ਹੈ, ਇਹਦਾ ਟੇਸਟ ਬਹੁਤ ਅੱਛਾ ਆਉਂਦਾ। ਥੋੜ੍ਹਾ ਜਿਹਾ ਅਸੀਂ ਗਰਮ ਮਸਾਲਾ ਵਿੱਚ ਐਡ ਕਰਾਂਗੇ ਅਤੇ ਸਾਗ ਤੁਸੀਂ ਆਲਰੇਡੀ ਪਹਿਲਾਂ ਪਾ ਦਿੱਤੇ ਹਾਂ ਅਤੇ ਇਹਦੇ ਵਿੱਚ ਅਸੀਂ ਚਨੇ ਜਿਹੜੇ ਬੋਇਲ ਕਰਕੇ ਰੱਖੇ ਉਹ ਪਾਤੇ ਆ। ਦੇਖੋ ਸਾਡੇ ਚਨਿਆਂ ਦਾ ਫਲੇਵਰ ਕਿਵੇਂ ਦਾ ਆਇਆ। ਦੇਖੋ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਕਰਕੇ ਤਾਂ ਚਨੇ ਸਾਡੇ ਬਣ ਕੇ ਤਿਆਰ ਹੋ ਚੁੱਕੇ ਆ ਜੀ। ਦੇਖੋ ਇਹ ਅਸੀਂ ਅੱਜ ਸਾਂਝੇ ਬਣਾਏ ਆ ਜੀ ਅਤੇ ਵੇਖੋ ਫਲੇਵਰ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ। ਸਾਡੀ ਰੈਸਪੀ ਕਿਵੇਂ ਦੀ ਲੱਗੀ ਜੀ ਤੁਹਾਨੂੰ, ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਬੀ ਹੈਪੀ। ਚਨੇ ਬਣ ਕੇ ਰੈਡੀ ਹੋ ਗਏ ਜੀ। ਦੇਖੋ ਇਹ ਅਸੀਂ ਅੱਜ ਚਨੇ ਨਾ ਟਿੱਕੀਆਂ ਨਾਲ ਖਾਣੇ ਆ ਕਿਉਂਕਿ ਕੱਲ੍ਹ ਟਿੱਕੀਆਂ ਦੀ ਰੈਸਪੀ ਤੁਹਾਨੂੰ ਦੱਸੀ ਸੀ ਸਾਡੀ ਪਿਛਲੀ ਵੀਡੀਓ 'ਚ, ਤੁਸੀਂ ਟਿੱਕੀਆਂ ਦੀ ਰੈਸਪੀ ਦੇਖ ਸਕਦੇ ਆ। ਅੱਜ ਅਸੀਂ ਇਹਨੂੰ ਟਿੱਕੀ ਨੂੰ ਵਿਦ ਚਨਾ ਖਾਣਾ, ਚਨੇ ਸਪੈਸ਼ਲ ਅਸੀਂ ਟਿੱਕੀ ਲਈ ਬਣਾਏ ਆ ਤਾਂ ਕਿ ਅਸੀਂ ਚਨਿਆਂ ਨੂੰ ਵਰਤੋਂ 'ਚ ਲਿਆ ਸਕੀਏ। ਅਤੇ ਦੇਖੋ ਅੱਜ ਅਸੀਂ
ਚਣਿਆਂ ਦੇ ਨਾਲ ਟਿੱਕੀ ਖਾਣੀ ਆ ਚਣੇ ਅਸੀਂ ਵਿਦ ਚਣਾ ਵਿਦ ਟਿੱਕੀ ਬਣਿਆ ਦੇਖੋ ਉੱਪਰ ਅਸੀਂ ਥੋੜ੍ਹਾ ਜਿਹਾ ਚਟਨੀ ਪਾ ਦੇਣੀ ਜੋ ਅਸੀਂ ਪਹਿਲੀ ਰੈਸਪੀ 'ਚ ਤੁਹਾਨੂੰ ਦੱਸੀ ਹੈ ਮਿੱਠੀ ਚਟਨੀ ਦੀ ਪੁਦੀਨੇ ਵਾਲੀ ਚਟਨੀ ਨਾਲ ਅਸੀਂ ਉੱਤੇ ਪਿਆਜ਼ ਪਾ ਦੇਣਾ ਅਤੇ ਦੇਖੋ ਚਣੇ ਕਿੰਨੇ ਵਧੀਆ ਬਣੇ ਹੋਏ ਆ ਥੋੜ੍ਹਾ ਜਿਹਾ ਅਮਚੂਰ ਪਾ ਦੇਣਾ ਅਤੇ ਚਣੇ ਦੇਖੋ ਕਿੰਨੇ ਵਧੀਆ ਬਣੇ ਆ ਚਣਾ ਵਿਦ ਟਿੱਕੀ ਅੱਜ ਸਾਡੀ ਰੈਸਪੀ ਹੈ ਚਣਾ ਵਿਦ ਟਿੱਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਜ਼ਰੂਰ ਕਰੋ ਅਤੇ ਟਿੱਕੀ ਲਈ ਸਾਡੀ ਪਿਛਲੀ ਵੀਡੀਓ ਦੇਖ ਸਕਦੇ ਹਾਂ ਕਿ ਟਿੱਕੀ ਕਿੱਦਾਂ ਤਿਆਰ ਕੀਤੀ ਗਈ ਸੀ।